ਪੁਲਿਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਥੱਲੇ ਬੀਜੇਪੀ ਦੇ ਉਮੀਦਵਾਰ ਨੇ ਅੱਜ ਸੰਗਤ ਮੰਡੀ ਵਿਖੇ ਆਪਣੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ। ਕਿਸਾਨਾਂ ਨੇ ਕੀਤਾ ਵਿਰੋਧ। ਦੱਸ ਦਈਏ ਕਿ ਲੋਕ ਸਭਾ ਬਠਿੰਡਾ ਦੀ ਸੀਟ ਤੋਂ ਚੋਣ ਲੜ ਰਹੇ ਬੀਜੇਪੀ ਦੀ ਉਮੀਦਵਾਰ ਬੀਬੀ ਪਰਮਪਾਲ ਕੌਰ ਮਲੂਕਾ ਵੱਲੋਂ ਜਿਉਂ ਹੀ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਸੰਗਤ ਮੰਡੀ ਵਿਖੇ ਪਹੁੰਚਿਆ ਗਿਆ ਤਾਂ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਭਿਣਕ ਪੈਂਦਿਆਂ ਹੀ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਪੂਰੇ ਕਰ ਲਏ ਗਏ। ਇਕੱਠੇ ਹੋਏ ਕਿਸਾਨਾਂ ਨੂੰ ਭਾਵੇਂ ਕਿ ਪੁਲਿਸ ਵੱਲੋਂ ਉਦਘਾਟਨ ਵਾਲੀ ਜਗ੍ਹਾ 'ਤੇ ਨਹੀਂ ਜਾਣ ਦਿੱਤਾ ਗਿਆ, ਲੇਕਿਨ ਇਕੱਠੇ ਹੋਏ ਕਿਸਾਨਾਂ ਨੇ ਬੀਬਾ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਪਰਮਪਾਲ ਕੌਰ ਮਲੂਕਾ ਵੱਲੋਂ ਜਿੱਥੇ ਕਿ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਗਈ, ਉੱਥੇ ਹੀ ਕਿਹਾ ਗਿਆ ਹੈ ਕਿ ਜੋ ਇਹ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਹੈ ਉਹ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਹਨ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਰਾਏ ਸ਼ਰਮਾ, ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਅਤੇ ਇਕਬਾਲ ਸਿੰਘ ਪਥਰਾਲਾ ਨੇ ਕਿਹਾ ਹੈ ਕਿ ਜਿੱਥੇ ਵੀ ਬੀਜੇਪੀ ਦੀ ਉਮੀਦਵਾਰ ਵੋਟਾਂ ਮੰਗਣ ਆਉਣਗੇ ਉਹਨਾਂ ਦਾ ਹਰ ਪਿੰਡ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬੀਬਾ ਪਰਮਪਾਲ ਕੌਰ ਮਲੂਕਾ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਸੁਰਿੰਦਰ ਕੁਮਾਰ ਸ਼ਿੰਦੀ, ਰਕੇਸ਼ ਕੁਮਾਰ ਕੇਸ਼ੀ, ਮੰਡਲ ਪ੍ਰਧਾਨ ਅਮਰਨਾਥ ਘੁੱਦਾ ਡੈਰੀ ਵਾਲਾ, ਮੰਡਲ ਪ੍ਰਧਾਨ ਗੁਰਦੀਪ ਸਿੰਘ ਰਾਣਾ, ਪ੍ਰਵੀਨ ਚੰਦਰ ਕਾਕਾ, ਮਨੀਸ਼ ਕੁਮਾਰ ਟਿੰਕੂ, ਰੇਸ਼ਮ ਸਿੰਘ ਘੁੱਦਾ ਆਦਿ ਵੱਡੀ ਗਿਣਤੀ ਵਿੱਚ ਸੰਗਤ ਮੰਡੀ ਦੇ ਬੀਜੇਪੀ ਵਰਕਰ ਹਾਜ਼ਰ ਸਨ। ਮੈਂ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ, ਭਾਰਤੀ ਕਿਸਾਨ ਏਕਤਾ ਟਕਾਉਂਦਾ ਅਤੇ ਨੇਹਰ ਜ਼ਿਲ੍ਹਾ ਜਰਨਲ ਸਕੱਤਰ ਬਠਿੰਡਾ। ਅੱਜ ਅਸੀਂ ਇਸ ਟਾਈਮ 'ਤੇ ਸੰਗਤ ਮੰਡੀ ਦੇ ਵਿੱਚ ਖੜ੍ਹੇ ਹਾਂ ਕਿਉਂਕਿ ਇੱਥੋਂ ਜਿਹੜੇ ਬਠਿੰਡਾ ਦੇ ਆਪਣੇ MP ਹੈ ਪਰਮਪਾਲ ਕੌਰ, ਉਹ ਮਤਲਬ ਵੀ ਇੱਥੇ ਅੱਜ ਦਫ਼ਤਰ ਦਾ ਉਦਘਾਟਨ ਕਰ ਰਹੇ ਹੈ, ਉਸ ਦੇ ਵਿਰੋਧ ਦੇ ਵਿੱਚ ਅਸੀਂ ਪਹੁੰਚੇ ਹਾਂ। ਅਸੀਂ ਜਿੰਨਾ ਚਿਰ ਇਹ ਜਿਹੜੀ ਭਾਜਪਾ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੀ ਪੰਜਾਬ 'ਚ ਜਾਣ, ਹੋਰ ਕਿਤੇ ਜਾਣ ਉਹਨਾਂ ਹਾਲਤ ਵਿਰੋਧ ਕਰਾਂ, ਕਿਉਂਕਿ ਸਾਡੇ 750 ਕਿਸਾਨਾਂ ਨੂੰ ਪਹਿਲਾਂ ਸ਼ਹੀਦ ਕਰਤਾ, 2-3 ਕਿਸਾਨ ਸਾਡੇ ਹੁਣ ਸ਼ਹੀਦ ਹੋ ਗਏ, ਅਸੀਂ ਨਾਲ ਦੀ ਨਾਲ ਵਿਰੋਧ ਕਰਾਂਗੇ ਅਤੇ ਨਾਲ ਦੀ ਨਾਲ ਇੱਕ ਦੋ ਬੇਨਤੀ ਵੀ ਕਰਦੇ ਹਾਂ ਇਹਨਾਂ ਨੂੰ ਵੀ ਜਿਹੜੇ 1-2 ਬੰਦੇ ਇਹਨਾਂ ਦੇ ਨਾਲ ਹੈ ਪਿੰਡਾਂ 'ਚ ਸ਼ਹਿਰਾਂ 'ਚ ਫਿਰਦੇ ਹੈ, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਦਾ ਸਾਥ ਛੱਡੋ, ਕਿਉਂਕਿ ਇਹ ਜਿਹੜੀ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ, ਇਸ ਕਰਕੇ ਹਰ ਹਾਲਤ ਇਹਨਾਂ ਦਾ ਵਿਰੋਧ ਕਰਾਂਗੇ। ਜੇ ਉਹ ਬਾਅਦ ਵੀ ਨਾ ਆਏ ਤਾਂ ਹੋ ਸਕਦਾ ਸਾਨੂੰ ਉਹਨਾਂ ਜਿਹੜੇ ਨਾਲ ਲੱਗੇ ਬੰਦੇ ਇਹਨਾਂ ਦਾ, ਉਹਨਾਂ ਦਾ ਵੀ ਹਰ ਹਾਲਤ ਪਿੰਡਾਂ ਦੇ ਵਿੱਚ ਵਿਰੋਧ ਕਰਨਾ ਹੋਵੇ ਅਤੇ ਕਰਾਂਗੇ ਵੀ ਜ਼ਰੂਰ। ਸੰਗਤ ਮੰਡੀ ਦੇ ਵਿੱਚ ਬੀਬੀ ਪਰਮਪਾਲ ਕੌਰ ਨੇ ਆਪਣੇ ਜਿਹੜਾ ਦਫ਼ਤਰ ਦਾ ਉਦਘਾਟਨ ਕਰਨਾ ਹੈ, ਕਿਉਂਕਿ ਇਸ ਦਫ਼ਤਰ ਦੇ ਰਾਹੀਂ ਇਹਨਾਂ ਨੇ ਪਿੰਡਾਂ ਦੇ ਵਿੱਚ ਜਾਣਾ, ਪਿੰਡਾਂ ਦੇ ਵਿੱਚ ਆਪਦੀਆਂ ਵੋਟਾਂ ਮਤਲਬ ਪੱਕੀਆਂ ਕਰਨ ਵਾਸਤੇ ਜਾਣਾ ਹੈ। ਪਰ ਅਸੀਂ ਦੋਨੇ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ, ਦੋਨੇ ਰਲ ਕੇ ਅਸੀਂ ਜਿੱਥੇ ਵੀ ਪਿੰਡਾਂ ਦੇ ਵਿੱਚ ਜਾਣਗੇ ਇਹਨਾਂ ਦੇ ਮਗਰ ਜਾਵਾਂਗੇ। ਇਹ ਜਿਹੜੀ ਕਿਸਾਨਾਂ ਦੀ ਕਾਤਲ ਪਾਰਟੀ ਹੈ, ਇਹਨੇ ਲਖੀਮਪੁਰ ਖੀਰੀ 'ਚ ਵੀ ਨੁਕਸਾਨ ਕਰਿਆ, ਇਹਨੇ ਗੋਦਰਾ ਕਾਂਡ, ਉਹ ਵੀ ਕਿਸਾਨੀ ਦੇ ਵਿੱਚ ਅਸੀਂ ਮੁਸਲਮਾਨ ਸੀ, ਭਾਈਚਾਰਾ ਸੀ ਭਾਵਾਂ ਦੀ, ਇਹਨਾਂ ਨੇ ਜਿਹੜਾ ਆਪਣਾ ਮਣੀਪੁਰ ਦੇ ਵਿੱਚ ਔਰਤਾਂ ਨੰਗੇ ਕਰਕੇ ਤੋਰਿਆ, ਇਹਨਾਂ ਨੇ ਜਿਹੜੀਆਂ ਔਰਤ ਪਹਿਲਵਾਨਾਂ ਦਿੱਲੀ ਦੇ ਵਿੱਚ ਧਰਨੇ 'ਤੇ ਬੈਠੀਆਂ ਰਹੀਆਂ, ਉਹਨਾਂ ਦਾ ਵੀ ਯੌਣ ਸ਼ੋਸ਼ਣ ਕੀਤਾ। ਇਸ ਲਈ ਇਹ ਨਾ ਕਿਸਾਨਾਂ ਦੇ ਹੱਕ 'ਚ ਖੜ੍ਹਦੇ ਆ, ਹੱਕ ਦੀ ਜਥੇਬੰਦੀ ਪਾਰਟੀ ਹੈ, ਨਾ ਕਿਸੇ ਮੁਲਾਜ਼ਮ ਦੇ ਆ, ਨਾ ਕਿਸੇ ਹੋਰ ਤਰ੍ਹਾਂ ਦੇ ਕਿਸੇ ਦੇ ਹੱਕ ਦੀ ਹੈ। ਇਸ ਲਈ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਇਹ ਆਉਣਗੇ ਵੋਟਾਂ ਕਹਿਣ ਆਉਣਗੇ ਅਸੀਂ ਇਹਨਾਂ ਦੇ ਮਗਰ ਜਾਵਾਂਗੇ। ਅਤੇ ਜਿਹੜੇ ਲੋਕ ਇਹਨਾਂ ਨੂੰ ਸਦਾਉਂਦੇ ਆ, ਬੜੇ ਚਾਅ ਨਾਲ ਸੱਦਦੇ ਆ ਕਿ ਅਸੀਂ BJP 'ਚ ਸ਼ਾਮਿਲ ਹੋਏ, ਅਸੀਂ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਡਟ ਕੇ ਵਿਰੋਧ ਕਰਾਂਗੇ। ਜਿੱਥੇ ਪਰਮਪਾਲ ਕੌਰ ਆਈ ਹੈ ਜਿਹੜੇ ਕਿ BJP ਦੀ ਟਿਕਟ ਤੋਂ ਲੜ ਰਹੇ ਆ, ਅਤੇ ਅਸੀਂ ਦੋਨਾਂ ਜਥੇਬੰਦੀਆਂ ਵੱਲੋਂ, ਅਗਰਾਹਾਂ ਵੱਲੋਂ ਅਤੇ ਧਨੇਰ ਡਕਾਉਂਦਾ ਵੱਲੋਂ ਉਹਨਾਂ ਦਾ ਵਿਰੋਧ ਕਰਦੇ ਹਾਂ, ਨਾਅਰੇਬਾਜ਼ੀ ਕਰਕੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਵੀ ਜਿਹੜਾ ਕਿ ਆਹ ਕਿਸਾਨਾਂ ਦੀਆਂ ਉੱਥੇ 750 ਸ਼ਹੀਦੀਆਂ ਹੋਈਆਂ ਜਾਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਅਤੇ ਜਿਹੜੇ ਇਹਨਾਂ ਨੂੰ ਸਵਾਲ ਪੁੱਛਣੇ ਆ ਉਹਦਾ ਕਰਕੇ ਇਹ ਸਵਾਲਾਂ ਤੋਂ ਭੱਜਦੇ ਆ, ਸਵਾਲਾਂ ਦੇ ਇਹਨਾਂ ਕੋਲ ਜਵਾਬ ਹੈ ਨਹੀਂ, ਇਹ ਕਾਤਲ ਸਰਕਾਰ ਹੈ। ਅਤੇ ਬਾਕੀ ਅਸੀਂ ਜਿਹੜਾ ਕੋਈ ਇਹਨਾਂ ਨੂੰ ਬੁਲਾਉਂਦਾ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਯਾਰ ਤੁਸੀਂ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਨਾ ਬੁਲਾਓ, ਕਿਉਂਕਿ ਇਹ 750 ਕਿਸਾਨਾਂ ਦੀ ਕਾਤਲ ਸਰਕਾਰ ਹੈ, ਇਹਨਾਂ ਨੂੰ ਨਾ ਮੂੰਹ ਲਾਓ, ਇਹ ਕੱਲ੍ਹ ਨੂੰ ਤੁਹਾਡੇ ਵੀ ਅੱਗੇ ਆਉਣਗੀਆਂ ਇਹਨਾਂ ਦੀਆਂ ਗੱਲਾਂ। ਪਰ ਅੱਜ
ਜੇ ਆਪਾਂ ਆਪਦੀ ਲੀਡਰੀ ਚਮਕਾਉਣ ਦੇ ਮਾਰੇ ਇਹਨਾਂ ਨੂੰ ਛੱਡੀਏ ਪਿੰਡਾਂ ਸ਼ਹਿਰਾਂ ਦੇ ਵਿੱਚ, ਤਾਂ ਇਹ ਇੱਕ ਮਨੂਵਾਦੀ ਸੋਚ ਵਾਲੇ ਹੈਗੇ ਨਾ ਜਿਹੜੇ ਬੀਜੇਪੀ ਵਾਲੇ ਨਾ, ਅਤੇ ਆਪਾਂ ਇੱਕ ਬਾਬੇ ਨਾਨਕ ਦੀ ਕਿਰਤ ਅਤੇ ਸੋਚ 'ਤੇ ਚੱਲਣ ਵਾਲੇ ਕਿਰਤੀ ਕਿਸਾਨ ਹਾਂ, ਅਤੇ ਇਸ ਕਰਕੇ ਇਹਨਾਂ ਦਾ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਆਉਣਗੇ ਉੱਥੇ ਇਹਨਾਂ ਦਾ ਡਟਵਾਂ ਵਿਰੋਧ ਕਰਾਂਗੇ, ਅਤੇ ਨਾ ਹੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਤਾਂ ਅਸੀਂ ਵੜਨ ਹੀ ਨਹੀਂ ਦਿੰਦੇ ਹਰ ਹਾਲਤ 'ਚ। ਦੇਖੋ ਬਹੁਤ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ ਦਫ਼ਤਰ ਦਾ ਉਦਘਾਟਨ ਕਰਕੇ, ਮੈਨੂੰ ਖੁਸ਼ੀ ਹੋਈ ਕਿਉਂਕਿ ਇੰਨੇ ਵੱਡੇ ਇਕੱਠ ਦੇ ਵਿੱਚ ਮੈਂ ਉਦਘਾਟਨ ਕਰ ਰਹੀ ਹਾਂ, ਅਤੇ ਸਾਰੇ ਮੇਰੀਆਂ ਗੱਲਾਂ ਨਾਲ ਸਹਿਮਤ ਵੀ ਸੀਗੇ, ਸਾਰੇ ਮਹਿਸੂਸ ਕਰਦੇ ਆ ਕਿ ਬੀਜੇਪੀ ਦੀ ਸਰਕਾਰ ਲਿਆਏ ਬਿਨਾਂ ਜਾਂ ਬੀਜੇਪੀ ਨੂੰ ਵੋਟਾਂ ਪਾਏ ਬਿਨਾਂ ਬੀਜੇਪੀ ਦਾ ਸਾਥ ਦੇ ਬਿਨਾਂ ਇੱਥੋਂ ਦਾ ਵਿਕਾਸ ਨਹੀਂ ਹੋ ਸਕਦਾ। ਸਾਰੀਆਂ ਪਾਰਟੀਆਂ ਅਸੀਂ ਦੇਖ ਲਈਆਂ, ਲੋਕ ਇਹ ਮਹਿਸੂਸ ਕਰਦੇ ਆ ਕਿ ਪਹਿਲਾਂ ਉਹਨਾਂ ਨੇ ਜੋ ਕੁਛ ਵੀ ਜਿਹੜੀਆਂ ਉਮੀਦਾਂ ਨਾਲ ਉਹਨਾਂ ਨੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ, ਉਹ ਪੂਰੀਆਂ ਨਹੀਂ ਹੋਈਆਂ। ਦੇਖੋ ਦੂਜੀਆਂ ਪਾਰਟੀਆਂ ਸ਼ਰਾਰਤਾਂ ਕਰਾ ਰਹੀਆਂ, ਜੇ ਉਹਨਾਂ ਨੇ ਕੋਈ ਕਿਸਾਨਾਂ ਨੇ ਮੰਗਾਂ ਕਰਨੀਆਂ ਹੁੰਦੀਆਂ ਤਾਂ ਡੀਸੀ ਦਫ਼ਤਰ ਦੇ ਅੱਗੇ ਬੈਠ ਸਕਦੇ ਆ, ਕਿਤੇ ਵੀ ਬੈਠ ਸਕਦੇ ਆ, ਪਰ ਦੂਜੀਆਂ ਪਾਰਟੀਆਂ ਹੁਣ ਸ਼ਰਾਰਤਾਂ ਕਰ ਰਹੀਆਂ, ਉਹ ਸਾਡੀ ਕੰਪੇਨ ਨੂੰ ਖਰਾਬ ਕਰਨਾ ਚਾਹੁੰਦੀਆਂ ਕਿਉਂਕਿ ਘਬਰਾਹਟ ਜਾਗ ਚੁੱਕੀ ਹੈ।